ਲੁਧਿਆਣਾ ਸ਼ਹਿਰ ਦੇ ਵਿੱਚ ਉਸ ਵੇਲੇ ਸਭ ਹੈਰਾਨ ਹੋ ਗਏ ਜਦੋਂ ਦੁਸ਼ਹਿਰੇ ਵਾਲੇ ਦਿਨ ਹੀ ਰਾਵਣ ਦੇ ਪੁਤਲਿਆਂ ਦੇ ਨਾਲ ਅਨੋਖੀ ਹੀ ਘਟਨਾ ਵਾਪਰ ਗਈ ਦੇਖਣ ਵਾਲੇ ਵੀ ਸਭ ਹੈਰਾਨ ਹੋ ਗਏ ਕਿ ਇਹ ਸਭ ਕੀ ਹੋ ਗਿਆ ਹੈ ਅਜਿਹਾ ਕੀ ਹੋਇਆ ਰਾਵਣ ਦੇ ਪੁਤਲਿਆਂ ਦੇ ਨਾਲ ਘਟਨਾ ਜਾਣਨ ਲਈ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਗੱਲ ਹੈ ਲੁਧਿਆਣਾ ਸ਼ਹਿਰ ਦੀ ਦੁਸ਼ਹਿਰੇ ਤੋਂ ਪਹਿਲਾਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਸੁਦੇਸ਼ ਕੁਮਾਰ ਨਾਮ ਦਾ ਇੱਕ ਆਦਮੀ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਕਰਦਾ ਸੀ ਉਹ ਪੁਤਲੇ ਬਣਾਉਣ ਦੇ ਵਿੱਚ ਕਾਫੀ ਰੁੱਝਿਆ ਹੋਇਆ ਸੀ ਇਸ ਵਾਰ ਉਸ ਨੂੰ ਕਾਫੀ ਆਰਡਰ ਵੀ ਮਿਲਿਆ ਸੀ ਸੋ ਸਮਾਂ ਘੱਟ ਸੀ ਤੇ ਉਹ ਆਪਣੇ ਸਾਥੀਆਂ ਦੇ ਨਾਲ ਦਨਰਾਦ ਕੰਮ ਦੇ ਵਿੱਚ ਰੁੱਝਿਆ ਹੋਇਆ ਸੀ ਸੁਦੇਸ਼ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਸ਼ੁਰੂ ਤੋਂ ਹੀ ਉਹ ਇਸੇ ਕੰਮ ਦੇ ਵਿੱਚ ਸੀ ਘਰੋਂ ਹਾਲਾਤ ਬਹੁਤ ਠੀਕ ਨਹੀਂ ਸੀ ਉਹ 라ਵਣ ਤਾਂ ਬਣਾਉਂਦਾ ਸੀ ਪਰ ਉਸ ਦੇ ਅੰਦਰ 라ਵਣ ਦੇ ਪ੍ਰਤੀ ਕੋਈ ਬੈਰ ਵਿਰੋਧੀ ਭਾਵਨਾ ਨਹੀਂ ਸੀ ਅਸਲ ਦੇ ਵਿੱਚ ਉਹ ਆਪਣੇ ਸਾਥੀਆਂ ਦੇ ਨਾਲ ਗੱਲਾਂ ਕਰਿਆ ਕਰਦਾ ਸੀ ਕਿ 라ਵਣ ਤਾਂ ਇੱਕ ਗਿਆਨੀ ਪੁਰਸ਼ ਸੀ ਤੇ ਕਈ ਥਾਵਾਂ ਤੇ ਲੋਕ ਅੱਜ ਵੀ ਉਸ ਦੀ ਪੂਜਾ ਕਰਦੇ ਨੇ ਉਹ ਇੱਕ ਮਹਾਤਮਾ ਵਿਦਵਾਨ ਆਦਮੀ ਸੀ ਉਸ ਦੇ ਰਾਜ ਵਿੱਚ ਲੋਕ ਬਹੁਤ ਖੁਸ਼ਹਾਲ ਸੀ ਉਹ ਇਸੇ ਤਰ੍ਹਾਂ ਦੀਆਂ ਗੱਲਾਂ ਨਾਰਮਲ ਹੀ ਆਪਣੇ ਸਾਥੀਆਂ ਦੇ ਨਾਲ ਕਰਦਾ ਰਹਿੰਦਾ ਸੀ ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਹ ਸ਼੍ਰੀ ਰਾਮਚੰਦਰ ਜੀ ਦੇ ਲਾਫ ਸੀ ਬਸ 라ਵਣ ਦਾ ਇੱਕ ਪੱਖ ਉਹ ਲੋਕਾਂ ਅੱਗੇ ਰੱਖਦਾ ਸੀ ਉਹ ਵੀ ਜਦੋਂ ਲੋਕ ਆਮ ਗੱਲਾਂ ਬਾਤਾਂ ਕਰਦੇ ਸਨ ਪਰ ਕਿਸੇ ਨੇ ਇਹ ਗੱਲ ਗਲਤ ਤਰੀਕੇ ਦੇ ਨਾਲ ਲੋਕਾਂ ਸਾਹਮਣੇ ਪੇਸ਼ ਕਰ ਦਿੱਤੀ ਅਤੇ ਕੁਝ ਕੁ ਕਟੜ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਤੇ ਰਾਤ ਨੂੰ ਉਸਦੇ ਬਣਾਏ ਗਏ 라ਵਣ ਦੇ ਪੁਤਲਿਆਂ ਨੂੰ ਅੱਗ ਲਗਾ ਕੇ ਖਰਾਬ ਕਰ ਦਿੱਤਾ ਜਦ ਨੂੰ ਉਹਨਾਂ ਨੂੰ ਅੱਗ ਬਾਰੇ ਪਤਾ ਲੱਗਾ ਤਾਂ ਅਧ ਪਚਾਦੇ ਪੁਤਲੇ ਅੱਗ ਦੇ ਨਾਲ ਸੜ ਚੁੱਕੇ ਸੀ ਜੋ ਕਿ ਹੁਣ ਕਿਸੇ ਕੰਮ ਦੇ ਨਹੀਂ ਰਹੇ ਸੀ ਉਸ ਦੀ ਮਿਹਨਤ ਤੇ ਪੈਸਾ ਸਭ ਕੁਝ ਖਰਾਬ ਹੋ ਚੁੱਕਿਆ ਸੀ ਹੁਣ ਜਿਨ੍ਹਾਂ ਲੋਕਾਂ ਨੇ ਉਸ ਨੂੰ ਆਰਡਰ ਦਿੱਤੇ ਸੀ ਜਦੋਂ ਉਹਨਾਂ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਵੀ ਸੁਦੇਸ਼ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ ਕਿਉਂਕਿ ਦਸਹਰੇ ਦੇ ਵਿੱਚ ਤਾਂ ਸਿਰਫ 2 ਹੀ ਦਿਨ ਬਚੇ ਸੀ ਇੰਨੇ ਘੱਟ ਸਮੇਂ ਦੇ ਵਿੱਚ ਰਾਵਣ ਦਾ ਪੁਤਲਾ ਤਿਆਰ ਕਰਨਾ ਬਹੁਤ ਮੁਸ਼ਕਲ ਸੀ ਜਿਸ ਕਰਕੇ ਉਹ ਆਪਣੇ ਪੈਸੇ ਵਾਪਸ ਮੰਗਣ ਲੱਗੇ ਸੁਦੇਸ਼ ਨੂੰ ਟੈਨਸ਼ਨ ਦੇ ਵਿੱਚ ਕੁਝ ਨਹੀਂ ਪਤਾ ਲੱਗ ਰਿਹਾ ਸੀ ਕਿ ਉਹ ਕੀ ਕਰੇ ਪੈਸੇ ਉਹ ਵਾਪਸ ਕਰ ਨਹੀਂ ਸਕਦਾ ਸੀ ਤੇ ਨਵੇਂ ਪੁਤਲੇ ਉਹ ਬਣਾ ਨਹੀਂ ਸਕਦਾ ਸੀ ਇੰਨੇ ਵਿੱਚ ਉਸ ਨੂੰ ਘਰੋਂ ਫੋਨ ਆਇਆ ਕਿ ਉਸ ਦੀ ਪਤਨੀ ਦੀ ਤਬੀਅਤ ਖਰਾਬ ਹੋ ਚੁੱਕੀ ਹੈ ਤੇ ਉਹ ਹਸਪੀਟਲ ਦੇ ਵਿੱਚ ਦਾਖਲ ਹੈ ਮੁਸੀਬਤਾਂ ਦੇ ਹੜ ਵਿੱਚ ਉਸ ਨੂੰ ਆਪਣੇ ਘਰ ਫਰੋਜ਼ਪੁਰ ਜਾਣਾ ਪਿਆ ਜਦੋਂ ਫਰੋਜ਼ਪੁਰ ਜਾਣ ਲੱਗਾ ਤਾਂ ਕਿਸੇ ਨੇ ਤਾਣਾ ਮਾਰਿਆ ਕਿ ਹੁਣ ਆਪਣੇ ਮਹਾਤਮਾ ਰਾਵਣ ਨੂੰ ਕਹੇ ਕਿ ਮੇਰੀ ਮਦਦ ਕਰੇ ਦੇਖਦੇ ਆਂ ਤੇਰਾ ਰਾਵਣ ਮਦਦ ਕਰਦਾ ਹੈ ਕਿ ਨਹੀਂ ਫਰੋਜਪੁਰ ਪਹੁੰਚ ਕੇ ਹਸਪਤਾਲ ਦੇ ਬੈੱਡ ਤੇ ਆਪਣੀ ਪਤਨੀ ਦੀ ਹਾਲਤ ਦੇਖ ਕੇ ਉਸ ਦਾ ਮਨ ਖਰਾਬ ਹੋ ਗਿਆ ਜਿੰਨੇ ਪੈਸੇ ਜਮ੍ਹਾਂ ਕਰਵਾਉਣ ਲਈ ਹਸਪਤਾਲ ਵਾਲਿਆਂ ਨੇ ਕਿਹਾ ਸੀ ਉਹਨੇ ਤਾਂ ਉਹ ਮੰਗ ਕੇ ਵੀ ਨਹੀਂ ਜਮ੍ਹਾਂ ਕਰਵਾ ਸਕਦਾ ਸੀ ਹਰ ਪਾਸਿਓਂ ਪਰੇਸ਼ਾਨ ਹੋਇਆ ਉਸ ਦਾ ਦਿਮਾਗ ਕੁਝ ਹੋਰ ਹੀ ਸੋਚਣ ਲੱਗ ਪਿਆ ਤੇ ਆਪਣੀ ਜ਼ਿੰਦਗੀ ਖਤਮ ਕਰਨ ਵਾਸਤੇ ਉਹ ਟ੍ਰੇਨ ਦੀ ਪਟੜੀ ਵੱਲ ਚੱਲ ਪਿਆ ਉਹ ਟ੍ਰੇਨ ਦੀ ਪਟੜੀ ਵੱਲ ਜਾ ਹੀ ਰਿਹਾ ਸੀ ਕਿ ਹਸਪਤਾਲ ਤੋਂ ਉਸ ਦੇ ਪਿਤਾ ਦਾ ਫੋਨ ਆਇਆ ਕਿ ਪੈਸੇ ਦਾ ਇੰਤਜ਼ਾਮ ਹੋ ਚੁੱਕਿਆ ਹੈ ਜਲਦੀ ਦੇ ਨਾਲ ਹਸਪਤਾਲ ਵਾਪਸ ਆ ਜਾਵੇ ਜਦੋਂ ਹਸਪਤਾਲ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਹਸਪਤਾਲ ਦੇ ਸਾਰੇ ਖਰਚੇ ਤੇ ਇਲਾਜ ਦੇ ਪੈਸੇ ਪਹਿਲਾਂ ਹੀ ਕੋਈ ਪੇ ਕਰ ਚੁੱਕਿਆ ਹੈ ਜਦੋਂ ਉਸਨੇ ਹਸਪਤਾਲ ਵਾਲਿਆਂ ਨੂੰ ਪੁੱਛਿਆ ਕਿ ਪੈਸੇ ਕਿਸ ਨੇ ਦਿੱਤੇ ਹਨ ਤਾਂ ਹਸਪਤਾਲ ਵਾਲਿਆਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਉਹ ਕੌਣ ਸੀ ਜਦੋਂ ਉਸ ਨੂੰ ਬਿੱਲ ਪ੍ਰਾਪਤ ਹੋਇਆ ਤਾਂ ਉਸ ਦੇ ਉੱਤੇ ਇੱਕ ਸਾਈਨ ਕੀਤੇ ਹੋਏ ਸੀ ਤੇ ਸਾਈਨ ਦੇ ਵਿੱਚ 라ਵਣ ਲਿਖਿਆ ਹੋਇਆ ਸੀ ਇਹ ਦੇਖ ਕੇ ਉਹ ਬਹੁਤ ਹੈਰਾਨ ਹੋਇਆ ਉਸ ਨੂੰ ਲੱਗਿਆ ਕਿ ਕਿਸੇ ਨੇ ਉਸ ਦੇ ਨਾਲ ਮਜ਼ਾਕ ਕੀਤਾ ਹੈ ਅਗਲੇ ਦਿਨ ਉਹ ਫਿਰ ਲੁਧਿਆਣੇ ਆਇਆ ਕਿਉਂਕਿ ਉਸ ਨੇ ਉੱਥੇ ਲੋਕਾਂ ਦਾ ਪੈਸਾ ਵੀ ਵਾਪਸ ਕਰਨਾ ਸੀ ਤੇ 라ਵਣ ਦੀ ਜ਼ਿੰਮੇਵਾਰੀ ਵੀ ਪੂਰੀ ਕਰਨੀ ਸੀ ਜੋ ਕਿ ਨਾ ਮੁਨਕਿਨ ਸੀ ਜਦੋਂ ਉਹ ਆਪਣੇ ਕੰਮ ਵਾਲੀ ਥਾਂ ਤੇ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਗਰਾਊਂਡ ਦੇ ਵਿੱਚ ਤਿੰਨ ਨਵੇਂ ਨਕੂਰ ਪੁਤਲੇ ਪਏ ਹਨ ਤੇ ਉਸਦੇ ਕਾਰੀਗਰ ਵੀ ਕੋਲ ਬੈਠੇ ਹਨ ਉਸਨੇ ਆਪਣੇ ਕਾਰੀਗਰਾਂ ਨੂੰ ਪੁੱਛਿਆ ਕਿ ਇਹ ਪੁਤਲੇ ਇੱਥੇ ਕਿਵੇਂ ਆਏ ਤਾਂ ਕਾਰੀਗਰਾਂ ਨੇ ਦੱਸਿਆ ਕਿ ਜਦ ਸਵੇਰ ਅਸੀਂ ਇੱਥੇ ਆਏ ਤਾਂ ਤਿੰਨੇ ਪੁਤਲੇ ਇੱਕ ਟਰੱਕ ਦੇ ਵਿੱਚੋਂ ਲਾਹੇ ਜਾ ਰਹੇ ਸਨ ਤੇ ਉਹਨਾਂ ਦੇ ਨਾਲ ਇੱਕ ਆਦਮੀ ਵੀ ਸੀ ਟਰੱਕ ਤੋਂ ਪੁਤਲੇ ਲਾਉਣ ਤੋਂ ਬਾਅਦ ਉਸ ਆਦਮੀ ਨੇ ਕਿਹਾ ਕਿ ਇਹ ਪੁਤਲੇ ਰਾਵਣ ਨੇ ਸੁਦੇਸ਼ ਦੇ ਲਈ ਭੇਜੇ ਹਨ ਇਹਨਾਂ ਕਹਿ ਕੇ ਉਹ ਆਦਮੀ ਵੀ ਚਲਾ ਗਿਆ ਹੁਣ ਸੁਦੇਸ਼ ਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਹਸਪਤਾਲ ਦੇ ਵਿੱਚ ਬਿੱਲ ਪੇ ਕਰਨ ਵਾਲਾ ਵੀ 라ਵਣ ਸੀ ਅਤੇ ਇੱਥੇ ਨਵੇਂ ਪੁਤਲੇ ਭੇਜਣ ਵਾਲਾ ਵੀ 라ਵਣ ਸੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਮੇਰੇ ਨਾਲ ਕੋਈ ਮਜ਼ਾਕ ਕਰ ਰਿਹਾ ਹੈ ਕਿਉਂਕਿ ਮੈਂ 라ਵਣ ਦੀ ਤਾਰੀਫ ਕਰਦਾ ਹਾਂ ਇਸ ਲਈ ਜਾਂ ਫਿਰ ਇਹ ਕੋਈ ਚਮਤਕਾਰ ਹੈ ਪਰ ਦੋਸਤੋ ਇਹ ਕੋਈ ਚਮਤਕਾਰ ਨਹੀਂ ਸੀ ਤੇ ਨਾ ਹੀ ਕੋਈ 라ਵਣ ਆਇਆ ਸੀ ਅਸਲ ਦੇ ਵਿੱਚ ਗੱਲ ਇਹ ਸੀ ਕਿ ਉਸ ਦਿਨ ਜਦੋਂ ਇੱਕ ਆਦਮੀ ਸੁਦੇਸ਼ ਨੂੰ ਤਾਨਾ ਮਾਰ ਰਿਹਾ ਸੀ ਕਿ ਦੇਖਦੇਂ ਤੇਰਾ 라ਵਣ ਮਦਦ ਕਰਦਾ ਹੈ ਕਿ ਤਾਂ ਉੱਥੇ ਖੜਾ ਇੱਕ ਅਮੀਰ ਬਿਜ਼ਨਸਮੈਨ ਜਿਸ ਦਾ ਲੁਧਿਆਣੇ ਦੇ ਵਿੱਚ 골ਡ ਦਾ ਕੰਮ ਹੈ ਉਹ ਇਹ ਗੱਲਾਂ ਸਾਰੀਆਂ ਸੁਣ ਰਿਹਾ ਸੀ ਸੁਦੇਸ਼ ਦੇ ਉੱਥੋਂ ਜਾਣ ਤੋਂ ਬਾਅਦ ਉਸ ਅਮੀਰ ਆਦਮੀ ਨੂੰ ਉਸ ਦੇ ਕਾਰੀਗਰਾਂ ਤੋਂ ਪਤਾ ਲੱਗਿਆ ਕਿ ਸੁਦੇਸ਼ ਨੂੰ ਰਾਵਣ ਦੇ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਹੈ ਫਿਰ ਉਸ ਅਮੀਰ ਆਦਮੀ ਨੇ ਕਾਰੀਗਰਾਂ ਤੋਂ ਪੁੱਛਿਆ ਸੀ ਕਿ ਇਹ ਸੁਦੇਸ਼ ਕਿੱਥੇ ਜਾ ਰਿਹਾ ਹੈ ਤਾਂ ਕਾਰੀਗਰਾਂ ਨੇ ਦੱਸਿਆ ਸੀ ਕਿ ਉਸ ਦੀ ਪਤਨੀ ਫਿਰੋਜ਼ਪੁਰ ਵਿਖੇ ਕਿਸ ਹਸਪਤਾਲ ਦੇ ਵਿੱਚ ਦਾਖਲ ਹੈ ਉਸ ਅਮੀਰ ਆਦਮੀ ਨੇ ਹੀ ਫਿਰੋਜ਼ਪੁਰ ਦੇ ਵਿੱਚ ਇੱਕ ਬੰਦਾ ਭੇਜ ਕੇ ਹਸਪਤਾਲ ਦਾ ਬਿੱਲ ਭਰਿਆ ਸੀ ਤੇ ਬਾਅਦ ਵਿੱਚ ਇੱਕ ਟਰੱਕ ਦੇ ਰਾਹੀਂ ਨਵੇਂ ਪੁਤਲੇ ਇਸ ਗਰਾਉਂਡ ਦੇ ਵਿੱਚ ਵੀ ਭੇਜੇ ਸੀ। ਉਹ ਅਮੀਰ ਆਦਮੀ ਵੀ ਰਾਵਣ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਇੰਨੇ ਕ ਪੈਸੇ ਦੇ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ। ਇਸ ਲਈ ਉਸ ਨੇ ਸੁਦੇਸ਼ ਦੀ ਮਦਦ ਕੀਤੀ ਸੀ। ਗੱਲ ਆਪੋ ਆਪਣੀ ਸਮਝ ਦੀ ਹੁੰਦੀ ਹੈ ਕਿਉਂਕਿ ਕਾਰਨ ਅਤੇ ਕਰਵਾਉਣ ਵਾਲਾ ਵੀ ਉਹ ਪਰਮਾਤਮਾ ਹੀ ਹੁੰਦਾ ਹੈ। ਪਰਮਾਤਮਾ ਆਪਣੇ ਪਿਆਰਾਂ ਦੀ ਮਦਦ ਕਰਨ ਦੇ ਲਈ ਕਿਸੇ ਵੀ ਰੂਪ ਵਿੱਚ ਆ ਸਕਦਾ ਹੈ। ਭਾਵੇਂ ਉਹ ਰਾਵਣ ਹੀ ਕਿਉਂ ਨਾ ਹੋਵੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਗਵਾਨ શ્રી ਰਾਮਚੰਦਰ ਜੀ ਨੇ ਵੀ ਅੰਤ ਦੇ ਵਿੱਚ ਰਾਵਣ ਨੂੰ ਮਾਫ ਕਰ ਦਿੱਤਾ ਸੀ ਫਿਰ ਅਸੀਂ ਆਪਣੇ ਦਿਲਾਂ ਦੇ ਵਿੱਚੋਂ 라ਵਣ ਨੂੰ ਮਾਫ ਕਿਉਂ ਨਹੀਂ ਕਰ ਰਹੇ ਕਿਉਂ ਇੰਨੇ ਸਾਲਾਂ ਤੋਂ ਉਸਦੇ ਪੁਤਲੇ ਸਾੜ ਰਹੇ ਹਾਂ ਹਾਲਾਂਕਿ ਸਾਨੂੰ ਆਪਣੇ ਅੰਦਰ ਦੇ 라ਵਣ ਨੂੰ ਸਾੜਨਾ ਚਾਹੀਦਾ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਤੁਸੀਂ ਦੇਖਿਆ ਹੈ ਕਿ ਧਾਰਮਿਕ ਸਥਾਨਾਂ ਤੇ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਵੀ ਰੇਪ ਹੋ ਰਹੇ ਨੇ ਤਾਂ ਅਜਿਹੇ ਦੇ ਵਿੱਚ 라ਵਣ ਕਿਸ ਦੇ ਅੰਦਰ ਹੈ ਸੋ ਭਗਵਾਨ ਰਾਮਚੰਦਰ ਜੀ ਨੇ ਸਾਨੂੰ ਇਹ ਸੰਦੇਸ਼ ਦਿੱਤਾ ਸੀ ਕਿ 라ਵਣ ਸਾਡੇ ਅੰਦਰ ਹੈ ਸਾਨੂੰ ਆਪਣੇ ਅੰਦਰ ਦੀ ਮੈਲ ਨੂੰ ਖਤਮ ਕਰਨਾ ਚਾਹੀਦਾ ਹੈ ਹਰ ਸਾਲ ਅਸੀਂ ਆਪ ਹੀ 라ਵਣ ਬਣਾਉਂਦੇ ਹਾਂ ਤੇ ਆਪ ਹੀ 라ਵਣ ਸਾੜ ਦਿੰਦੇ ਹਾਂ ਮਤਲਬ ਕਿ ਪ੍ਰਾਈਵੇਸੀ ਆਪ ਹੀ ਆਪਣੇ ਅੰਦਰ ਪੈਦਾ ਕਰਦੇ ਹਾਂ ਪਰ ਆਪਣੇ ਅੰਦਰ ਦੀ ਬੁਰਾਈ ਨੂੰ ਸਾੜਦੇ ਨਹੀਂ ਜੇਕਰ ਤੁਸੀਂ ਇਸ ਗੱਲ ਨੂੰ ਸਹੀ ਸਮਝਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ